ਦੇਸ਼ ਵਿਦੇਸ਼ਾਂ 'ਚ ਬੈਠ ਕੇ ਆਪਣਾ ਖਾਸ ਪ੍ਰੋਗਰਾਮ ਸਿੱਖੀ ਦੀ ਸ਼ਾਨ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਹਨਵੰਤ ਸਿੰਘ ਵੱਲੋਂ ਫਤਿਹ ਪ੍ਰਵਾਨ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ ਅੱਜ ਜਿਸ ਸ਼ਖਸੀਅਤ ਨੂੰ ਮੈਂ ਤੁਹਾਡੇ ਰੂਬਰੂ ਕਰਨ ਜਾ ਰਿਹਾ ਸਾਡੇ ਅਤੀ ਸਤਿਕਾਰਯੋਗ ਪੰਥ ਦੀ ਸ਼ਾਨ ਸਾਡੀ ਸਿੱਖੀ ਦੀ ਸ਼ਾਨ ਸਰਦਾਰ ਹਰਦੀਪ ਸਿੰਘ ਜੀ ਜੇਕਰ ਗੱਲ ਕੀਤੀ ਜਾਵੇ ਵਿਰਾਸਤ ਦੀ ਅਕਸਰ ਇਹ ਕਿਹਾ ਜਾਂਦਾ ਹੈ ਸਾਡੇ ਵਿਦਵਾਨਾਂ ਦੇ ਵੱਲੋਂ ਜੋ ਇਨਸਾਨ ਜੋ ਸ਼ਖਸੀਅਤ ਆਪਣੀ ਵਿਰਾਸਤ ਨੂੰ ਮੂੰਹ ਮੋੜ ਲੈਂਦੇ ਨੇ ਉਹਨਾਂ ਦਾ ਸ਼ਹਿ ਦੀ ਦੁਨੀਆ ਤੇ ਕੋਈ ਨਾਮੋਂ ਨਿਸ਼ਾਨ ਹੋਵੇ ਪਰੰਤੂ ਜੇਕਰ ਵਿਰਾਸਤ ਨੇ ਇਨਸਾਨ ਪੱਖੋਂ ਮੋੜ ਲਿਆ ਤੇ ਇਨਸਾਨ ਦਾ ਕੁਝ ਰਹਿਦਾ ਨਹੀਂ ਤੇ ਵਿਰਾਸਤ ਦਾ ਕੁਝ ਜਾਂਦਾ ਨਹੀਂ ਜੀ ਹਾਂ ਦੋਸਤੋ ਅੱਜ ਉਸ ਵਿਰਾਸਤ ਨਾਲ ਅੰਗੀਕਾਰ ਕਰਾਵਾਂਗੇ ਤੁਹਾਨੂੰ ਉਸ ਵਿਰਸੇ ਨਾਲ ਅੰਗੀਕਾਰ ਕਰਾਵਾਂਗੇ ਜਿਸ ਵਿਰਾਸਤ ਨੂੰ ਜਿਸ ਵਿਰਸਨ ਸਾਡੇ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਨੇ ਕੇਵਲ ਆਪਣੇ ਤੱਕ ਨਹੀਂ ਸਾਮ ਕੇ ਰੱਖਿਆ ਸਗੋ ਆਪਣੀ ਔਲਾਦ ਨੂੰ ਵੀ ਉਸ ਵਿਰਾਸਤ ਨਾਲ ਜੋੜ ਰਹੇ ਨੇ ਕਿਉਂਕਿ ਇਹਨਾਂ ਨੂੰ ਵੀ ਉਹ ਜਿਹੜੀ ਦਾਤ ਹੈ ਵਿਰਸੇ ਦੀ ਦਾਤ ਹੈ ਵਿਰਾਸੇ ਦੀ ਦਾਤ ਹੈ ਆਪਣੇ ਬਜ਼ੁਰਗਾਂ ਤੋਂ ਮਿਲੀ ਸੀ ਸੋ ਕਿਹੋ ਜਿਹਾ ਵਿਰਸਾ ਇਹਨਾਂ ਨੇ ਸੰਭਿਆ ਤੇ ਕਿਸ ਵਿਰਸੇ ਨਾਲ ਆਪਣੇ ਆਪ ਨੂੰ ਇਹ ਅੰਗੀਕਾਰ ਕਰ ਰਹੇ ਨੇ ਇਹਨਾਂ ਦੀ ਜਵਾਨੀ ਸੁਣਾਂਗੇ ਹਦੀਪ ਸਿੰਘ ਤੁਹਾਡਾ ਸਵਾਗਤ ਹੈ ਜੀ ਫਤਿਹ ਸਾਂਝ ਪਾਣੇ ਆ ਵਾਈਕ੍ਰੂ ਜੀ ਦਾ ਖਾਲਸਾ ਵਾਈਕ੍ਰੂ ਜੀ ਕੀ ਫਤਿਹ ਅਕਸਰ ਗੱਲ ਕਿਹਾ ਜਾਂਦਾ ਹੈ ਕਿ ਜੇਕਰ ਬਜ਼ੁਰਗਾਂ ਤੋਂ ਮਿਲੀ ਦਾਤ ਨੂੰ ਨੌਜਵਾਨ ਬੱਚੇ ਬੱਚੀਆਂ ਸਾਂਭ ਲੈਣ ਤੇ ਨੌਜਵਾਨ ਸੰਸਾਰ ਵਿੱਚ ਨਾਮ ਨਖੜਦੇ ਨੇ ਸ਼ਾਇਦ ਇਹੀ ਰੀਜ਼ਨ ਹੈ ਕਿ ਤੁਹਾਨੂੰ ਜਿਹੜੀ ਬਜ਼ੁਰਗਾਂ ਤੋਂ ਮਿਲੀ ਦਾਤ ਸੀਗੀ ਤੁਸੀਂ ਸਦਾਤ ਨੂੰ ਅੰਗੀਕਾਰ ਕੀਤਾ ਵਿਰਾਸਤ ਨੂੰ ਅੰਗੀਕਾਰ ਕੀਤਾ ਤੇ ਅੱਜ ਕਿਤੇ ਨਾ ਕਿਤੇ ਤੁਸੀਂ ਸਿੱਖੀ ਦੀ ਸ਼ਾਨ ਬਣ ਕੇ ਪੰਥ ਦੀ ਸ਼ਾਨ ਬਣ ਕੇ ਦੇਸ਼ ਵਿਦੇਸ਼ਾਂ ਵਿੱਚ ਨਾਮਨਾ ਖੱਟ ਰਹੇ ਹੋ ਦੇਖੋ ਜੀ ਬਜ਼ੁਰਗਾਂ ਨਾਲ ਜਿਹੜਾ ਸਾਡਾ ਨਾਤਾ ਜਿਹੜਾ ਰਹਿੰਦਾ ਵਾ ਉਹ ਜੋ ਸਾਨੂੰ ਬਜ਼ੁਰਗ ਸਿਖਾਉਂਦੇ ਆ ਅਸੀਂ ਵੇਖਦੇ ਆ ਉਹਨਾਂ ਵੱਲ ਅਸੀਂ ਉਹਨਾਂ ਕੋਲੋਂ ਸਿੱਖਦੇ ਆ ਸੰਸਾਰ 'ਚ ਵਿਚਰਦੇ ਆ ਵੀ ਕਈ ਗੱਲਾਂ ਆਪਾਂ ਸਿੱਖਦੇ ਆ ਪਰ ਜੋ ਸਾਨੂੰ ਘਰੋਂ ਆਪਣੇ ਪਰਿਵਾਰਕ ਵੱਲੋਂ ਪਰਿਵਾਰ ਵੱਲੋਂ ਸਾਰੀ ਜਿਹੜੀ ਜੋ ਸਿਖਾਇਆ ਜਾਂਦਾ ਵਾ ਉਹ ਬੱਚਾ ਜ਼ਿਆਦਾ ਸਿੱਖਦਾ ਬਿਲਕੁਲ ਸੰਸਾਰ ਚ ਬਾਅਦ ਚ ਵਿਚਰਦਾ ਪਹਿਲਾਂ ਬੱਚਾ ਆਪਣੇ ਘਰੋਂ ਸਿੱਖਦਾ ਬਾਅਦ ਚ ਦੁਨੀਆ ਦੇ ਵਿੱਚ ਜਾਂਦਾ ਮੇਰਾ ਜਿਹੜਾ ਪਰਿਵਾਰਕ ਪਿਛੋਕੜ ਹੈ ਸਾਰਾ ਉਹ ਜ਼ਿਆਦਾਤਰ ਸਾਰਾ ਹੀ ਆੜ ਦੇ ਨਾਲ ਕਲਾ ਦੇ ਨਾਲ ਜੁੜਿਆ ਹੋਇਆ ਜਿਹੜੇ ਮੇਰੇ ਪਰਦਾਦਾ ਜੀ ਸਪਾਈ ਗਿਆਨ ਸਿੰਘ ਨਕਾਸ਼ ਉਹਨਾਂ ਨੇ ਹਰਮੰਦਰ ਸਾਹਿਬ ਦੀਆਂ ਕੰਧਾਂ ਨੂੰ ਸਵਾਰਿਆ 32 ਸਾਲ ਉਥੇ ਹਰਮੰਦਰ ਸਾਹਿਬ ਦੀਆਂ ਦੀਵਾਰਾਂ ਦੇ ਉੱਤੇ ਨਕਾਸ਼ੀ ਕਰਦੇ ਰਹੇ ਨੇ ਹਾਂਜੀ ਉਹਨਾਂ ਤੋਂ ਬਾਅਦ ਜਿਹੜੇ ਮੇਰੇ ਦਾਦਾ ਜੀ ਨੇ ਜੀਐਸ ਸੋਨ ਸਿੰਘ ਆਰਟਿਸਟ ਉਹਨਾਂ ਨੇ ਸਾਰੀ ਉਮਰ ਆਪਣਾ ਸਿੱਖ ਇਤਿਹਾਸ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਪੇਂਟ ਕੀਤੀਆਂ ਦਾਦਾ ਜੀ ਨੂੰ ਦੇਖਦੇ ਦੇਖਦੇ ਅਸੀਂ ਕੰਮ ਕਰਦੇ ਰਹੇ ਹਾਂ ਜਦੋਂ ਉਹ ਪੇਂਟਿੰਗ ਕਰਦੇ ਰਹੇ ਆ ਅਸੀਂ ਲਾਗੇ ਬਹਿੜਦੇ ਰਹੇ ਆ ਜਾਂ ਉਹਨਾਂ ਨੇ ਸਾਨੂੰ ਪੂਰਨੇ ਪਾ ਦੇਣੇ ਕਿ ਚਲੋ ਤੁਸੀਂ ਆਹ ਬਣਾਓ ਉਹਨਾਂ ਦੇ ਲਾਗੇ ਬੈਠ ਕੇ ਬਣਾਉਂਦੇ ਰਹੇ ਆ ਇਤਾ ਹੀ ਜਿਹੜੇ ਮੇਰੇ ਫਾਦਰ ਸਾਹਿਬ ਨੇ ਉਹ ਵੀ ਪੇਂਟਿੰਗਸ ਦੇ ਨਾਲ ਹੀ ਕੰਮ ਸਾਰਾ ਪੇਂਟਿੰਗਸ ਦਾ ਕੰਮ ਕਰਦੇ ਨੇ ਐਜ਼ ਏ ਫੋਟੋ ਜਰਨਲਿਸਟ ਵੀ ਕੰਮ ਕਰਦੇ ਰਹੇ ਨੇ ਜੀ ਤੇ ਹੁਣ ਪੇਂਟਿੰਗ ਦਾ ਕੰਮ ਵੀ ਕਰ ਰਹੇ ਨੇ ਉਹਨਾਂ ਤੋਂ ਵੀ ਸਿੱਖਿਆ ਤੇ ਬਾਕੀ ਜਿੱਥੋਂ ਕਿਤੋਂ ਸਿੱਖਣ ਨੂੰ ਮਿਲਦਾ ਰਿਹਾ ਮੈਂ ਕੋਸ਼ਿਸ਼ ਕਰਾਂ ਤਰ੍ਹਾਂ ਤੇ ਰੋਕਣਾ ਚਾਹਾਂਗਾ ਗੁਰੂ ਕੀ ਪਿਆਰੀ ਸਾਧ ਸੰਗਤ ਜਦੋਂ ਅਸੀਂ ਕਹਿੰਦੇ ਆ ਕਿ ਅਸੀਂ ਆਧੁਨਿਕ ਯੁੱਗ ਦੇ ਵੱਲ ਪ੍ਰਵੇਸ਼ ਕਰ ਰਹੇ ਆ ਤੇ ਜਦੋਂ ਅਸੀਂ ਵਿਰਸੇ ਦੀ ਗੱਲ ਕਰਦੇ ਕਿਉਂਕਿ ਤੁਸੀਂ ਪੜਦਾਦਾਈ ਦੀ ਗੱਲ ਕੀਤੀ ਹੈ ਦਾਦਾਈ ਦੀ ਗੱਲ ਕੀਤੀ ਹੈ ਸ਼ਾਇਦ ਉਦੋਂ ਇਹ ਹਾਲਾਤ ਨਾ ਹੋਣ ਇੰਨੇ ਅਸੀਂ ਆਧਿਕ ਨਾ ਹੋਈਏ ਪਰੰਤੂ ਅੱਜ ਅਸੀਂ ਇੰਨੇ ਕੋ ਆਧੁਨਿਕ ਹੋ ਚੁੱਕੇ ਆ ਇੱਕ ਕਲਿੱਕ ਕਰਦੇ ਸਾਰੀ ਸਾਡੇ ਸਾਹਮਣੇ ਸਾਰੀ ਪਿਕਚਰ ਤਿਆਰ ਹੋ ਜਾਂਦੀ ਹੈ ਤੇ ਪ੍ਰਿੰਟ ਵੀ ਨਿਕਲ ਜਾਂਦਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਇਸ ਆਧੁਨਿਕ ਯੁੱਗ ਦੇ ਵਿੱਚ ਉਸ ਵਿਰਾਸਤ ਨੂੰ ਅੰਗੀਕਾਰ ਕਰਨਾ ਉਸ ਵਿਰਾਸਤ ਨੂੰ ਜਿੰਦਾ ਰੱਖਣਾ ਆਪਣੇ ਆਪ ਦੇ ਵਿੱਚ ਇੱਕ ਆਧੁਨਿਕਤਾ ਹੈ ਦੇਖੋ ਮੈਂ ਐਜ਼ ਏ ਆਪਣਾ ਕੰਪਿਊਟਰ ਅਧਿਆਪਕ ਕੰਮ ਕਰ ਰਿਹਾ ਮੇਰੀ ਜਿਹੜੀ ਨੌਕਰੀ ਹੈ ਐਜ਼ ਅ ਕੰਪਿਊਟਰ ਅਧਿਆਪਕ ਆ ਤੇ ਮੇਰੀ ਜਿਹੜੀ ਸਟੱਡੀ ਸਾਰੀ ਮੇਰੀ ਜਿਹੜੀ ਪੜ੍ਹਾਈ ਆ ਸਾਰੀ ਆਈਟੀ ਨਾਲ ਰਿਲੇਟਡ ਆ ਮੈਂ ਮਤਲਬ ਮਾਸਟਰਸ ਡਿਗਰੀ ਸਾਰੀਆਂ ਮੇਰੀਆਂ ਕੰਪਿਊਟਰ ਨਾਲ ਰਿਲੇਟਡ ਆ ਤੇ ਮੈਂ ਕੰਪਿਊਟਰ ਦੇ ਨਾਲ ਆਈਟੀ ਨੂੰ ਪ੍ਰਾਣੀ ਵਿਰਾਸਤ ਦੇ ਨਾਲ ਜੋੜ ਕੇ ਕੰਪਿਊਟਰ ਦੇ ਵਿੱਚ ਹੱਥ ਨਾਲ ਬਣਾਏ ਡਿਜ਼ਾਈਨਸ ਬਣਾ ਕੇ ਉਹਨਾਂ ਨੂੰ ਸਕੈਨ ਕਰਕੇ ਕੰਪਿਊਟਰ ਦੇ ਵਿੱਚ ਉਨਾ ਦੀਆਂ ਕਲਰ ਸਕੀਮਸ ਸਾਰੀਆਂ ਚੈੱਕ ਕਰਕੇ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਹੱਥ ਦੇ ਨਾਲ ਹੀ ਕਰਦਾ ਹੁਣ ਇਸੇ ਤਰ੍ਹਾਂ ਮਤਲਬ ਪ੍ਰਾਣੀ ਵਿਰਾਸਤ ਨੂੰ ਨਵੀਂ ਆਧਨੀ ਕਰਨ ਦੇ ਨਾਲ ਜੋੜ ਕੇ ਉਹਦੇ ਸੁਮੇਲ ਦੇ ਨਾਲ ਕੰਮ ਕਰਨਾ ਸੌਖਾ ਤੇ ਹੋ ਗਿਆ ਜੀ ਤੇ ਵਧੀਆ ਵੀ ਹੋ ਗਿਆ ਈਜ਼ੀ ਹੋ ਗਿਆ ਯਾਨੀ ਕਿ ਸਾਨੂੰ ਇਹ ਦੇਖਣਾ ਪਵੇਗਾ ਜੇਕਰ ਅਸੀਂ ਆਪਣੇ ਵਿਰਾਸਤ ਨੂੰ ਜਿੰਦਾ ਰੱਖ ਸਕਦੇ ਹਾਂ ਆਧੁਨਿਕ ਯੁੱਗ ਦੇ ਵਿੱਚ ਤੇ ਰੱਖਿਆ ਜਾ ਸਕਦਾ ਨਹੀਂ ਨਹੀਂ ਉਹ ਜ਼ਰੂਰੀ ਗੁਰੂ ਕੇ ਪਿਆਰੀ ਸਾਧ ਸੰਗਤ ਜੋ ਬੜਾ ਸੋਨਾ ਲੱਗਦਾ ਜਦੋਂ ਸਾਡੇ ਸਾਹਮਣੇ ਇਹੋ ਜੀ ਪੰਥ ਦੀਆਂ ਮਾਨਮੱਤੀ ਸਿੱਖਿਸ਼ਤਾ ਆਉਂਦੀਆਂ ਹੋਣੇ ਤੇ ਅਸੀਂ ਉਹਨਾਂ ਨੂੰ ਸਿੱਖੀ ਦੀ ਸ਼ਾਨ ਬਣ ਕੇ ਦੁਨੀਆ ਦੇ ਸਾਹਮਣੇ ਰੂਬਰੂ ਕਰਾਨੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿਉਂਕਿ ਕਿਤਨਾ ਕਿਤੇ ਅੱਜ ਅਸੀਂ ਆਪਣੀ ਵਿਰਾਸਤ ਤੋਂ ਮੂੰਹ ਮੋੜਦੇ ਜਾ ਰਹੇ ਹਾਂ ਮੈਂ ਰਮ ਦੇ ਵਿੱਚ ਵੀ ਬੇਨਤੀ ਕੀਤੀ ਜੇਕਰ ਅਸੀਂ ਆਪਣੀ ਵਿਰਾਸਤ ਮੂੰਹ ਮੋੜ ਲਵਾਂਗੇ ਵਿਰਾਸਤ ਦਾ ਜਾਣਾ ਕੱਖ ਨਹੀਂ ਤੇ ਸਾਡਾ ਰਹਿਣਾ ਕੱਖ ਨਹੀਂ ਸੋ ਇਸੇ ਤਰ੍ਹਾਂ ਜੇਕਰ ਅਸੀਂ ਆਪਣੀ ਵਿਰਾਸਤ ਨੂੰ ਅੰਗੀਕਾਰ ਕਰਾਂਗੇ ਸ਼ਾਇਦ ਇਹਦੇ ਵਿੱਚ ਪੰਥ ਦਾ ਵੀ ਭਲਾ ਹੋਵੇਗਾ ਤੇ ਸਾਡਾ ਵੀ ਭਲਾ ਹੋਵੇਗਾ ਨੋਤੇ ਗੱਲ ਦੇਖਣ ਦੀ ਬੰਦੀ ਹੈ ਸardar hardeep singh ਜਿਸ ਪਰਿਵਾਰ ਨਾਲ ਜੁੜੇ ਨੇ ਇਹਨਾਂ ਦੇ ਬਜ਼ੁਰਗਾਂ ਨੇ ਉਹ ਮੀਨਾਕਾਰੀ ਕੀਤੀ ਉਹ ਡਿਜ਼ਾਈਨਿੰਗ ਕੀਤਾ ਅੱਜ ਵੀ ਅਸੀਂ ਪੁਰਾਤਨ ਇਤਿਹਾਸਕ ਸਥਾਨਾਂ ਦੇ ਉੱਪਰ ਸ਼ਾਇਦ ਦਰਬਾਰ ਸਾਹਿਬ ਦੀ ਗੱਲ ਕੀਤੀ ਜਾਵੇ ਹਰਮੰਦਰ ਸਾਹਿਬ ਦੀਆਂ ਜਿਹੜੀਆਂ ਦੀਵਾਰਾਂ ਨੇ ਛੱਤਾਂ ਨੇ ਉਹਦੇ ਉੱਪਰ ਵੀ ਮੀਨਾਕਾਰੀ ਕੀਤੀ ਹੋਈ ਹੈ ਇਹਨਾਂ ਦੇ ਬਜ਼ੁਰਗਾਂ ਨੇ ਬਕਾਇਦਾ ਯੋਗਦਾਨ ਪਾਇਆ ਜਦੋਂ ਅਸੀਂ ਪੁਰਾਤਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੇਖਦੇ ਜਿਹੜੇ ਕਿ ਹੱਥ ਲਿਖਾ ਸਰੂਪ ਸਨ ਉਹਨਾਂ ਦਾ ਅਸੀਂ ਬਾਰਡਰ ਵੇਖਦੇ ਹੱਥ ਲਿਖਾ ਸਰੂਪ ਦੀ ਜਿਹੜੀ ਬੰਤਰ ਵੇਖਦੇ ਆ ਉਹ ਵੀ ਕਿਤਨੇ ਕਿਤੇ ਬਾ ਪਰਦੀਪ ਸਿੰਘ ਜੀ ਆਇਦੇ ਯੁੱਗ ਵਿੱਚ ਆਧੁਨਿਕ ਯੁੱਗ ਵਿੱਚ ਤੁਸੀਂ ਇਸ ਵਿਰਾਸਤ ਨੂੰ ਕਿਵੇਂ ਲੋਕਾਂ ਤੱਕ ਵੰਡ ਰਹੇ ਹੋ ਜਾਂ ਕਿਵੇਂ ਪ੍ਰਚਾਰ ਕਰ ਰਹੇ ਹੋ ਕਿਉਂਕਿ ਕਿਤੇ ਨਾ ਕਿਤੇ ਸਾਡੀ ਵਿਰਾਸਤ ਨੂੰ ਅੱਜ ਅਸੀਂ ਅਲੋਪ ਹੁੰਦਾ ਆਪਣੀ ਅੱਖੀਂ ਵੇਖ ਰਹੇ ਹਾਂ ਪਰ ਤੁਹਾਡੇ ਵਰਗੀਆਂ શિક્ષਿਤਾ ਜਿਹੜੀਆਂ ਵਿਰਾਸਤ ਨੂੰ ਜਿਉਂਦਾ ਰੱਖ ਰਹੀਆਂ ਨੇ ਦੇਖੋ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ ਮਤਲਬ ਜੇ ਕਿਸੇ ਆਪਾਂ ਕਿਸੇ ਤਬਕੇ ਨੂੰ ਜਾਂ ਕੌਮ ਨੂੰ ਖਤਮ ਕਰਨਾ ਹੁੰਦਾ ਤੇ ਸਭ ਤੋਂ ਪਹਿਲਾਂ ਉਸ ਕੌਮ ਨੂੰ ਖਤਮ ਕਰਨ ਵਾਸਤੇ ਉਹਦਾ ਇਤਿਹਾਸ ਮਿਟਾ ਦਿਓ ਬਿਲਕੁਲ ਜੇ ਉਹਦਾ ਇਤਿਹਾਸ ਮਿਟ ਗਿਆ ਉਹ ਕੌਮ ਆਪਣੇ ਆਪ ਖਤਮ ਹੋ ਜਾਂਦੀ ਹੈ ਮੇਰਾ ਜਿਹੜਾ ਕੰਮ ਹੈ ਵੇਖੋ ਪਰਾਤਨ ਸ਼ੁਰੂ ਤੋਂ ਜੋ ਸਾਡੀ ਪਰੰਪਰਾ ਚੱਲੀ ਆਉਂਦੀ ਹੈ ਹੱਥ ਨਾਲ ਪਰਿਵਾਰ ਦੇ ਹਾਂਜੀ ਪਰਿਵਾਰਕ ਵੀ ਪਿੱਛੋਂ ਵੀ ਗੁਰੂ ਸਾਹਿਬਾਂ ਤੋਂ ਜੜੀ ਚੜੀ ਆ ਰਹੀ ਹੈ ਕਿ ਹੱਥ ਨਾਲ ਜਿਹੜੀ ਆ ਉਹ ਗੁਰਬਾਣੀ ਦੀ ਜਿਹੜੀ ਅੱਖਰਕਾਰੀ ਕੀਤੀ ਜਾਂਦੀ ਸੀ ਪ੍ਰਿੰਟਿੰਗ ਤੇ ਚਲੋ ਬਾਅਦ ਦੀਆਂ ਆਈਆਂ ਠੀਕ ਗੱਲ ਹੈ ਪਰ ਹੱਥ ਦੇ ਨਾਲ ਜਿਹੜੀ ਅੱਖਰਕਾਰੀ ਹੈ ਅੱਜ ਕੱਲ ਬੱਚੇ ਗੁਰਬਾਣੀ ਜਿਹੜੀ ਗੁਰਮੁਖੀ ਦੀ ਹੱਥ ਨਾਲ ਅੱਖਰਕਾਰੀ ਹੈ ਉਹ ਭੁੱਲਦੇ ਜਾ ਰਹੇ ਅੱਖਰ ਪਾਉਣੇ ਨਹੀਂ ਹੁੰਦੇ ਉਹਨਾਂ ਨੂੰ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਆ ਕਿ ਮੈਂ ਜਿਹੜਾ ਇਹ ਕੰਮ ਤਕਰੀਬਨ ਮੈਨੂੰ 12 ਸਾਲ ਹੋ ਗਏ ਕਰਦੇ ਆ ਅਖਰਕਾਰੀ ਦਾ ਉਹਦੇ ਵਿੱਚ ਮੈਂ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਜਾਂ ਮੈਂ ਆਬ ਸਰਕਾਰੀ ਟੀਚਰ ਹੋਣ ਦੇ ਨਾਤੇ ਮੈਂ ਆਪਣੇ ਸਕੂਲ ਦੇ ਵਿੱਚ ਹੋਰ ਸਕੂਲਾਂ 'ਚ ਜਾ ਕੇ ਜਾਂ ਹੋਰ ਕਿਤੇ ਵਰਕਸ਼ਾਪ ਜਿੱਥੇ ਕਿਸੇ ਨੂੰ ਲੋੜ ਪੈਂਦੀ ਆ ਅਸੀਂ ਬੱਚਿਆਂ ਨੂੰ ਸਿਖਾਉਂਦੇ ਆ ਉਹਨਾਂ ਨੂੰ ਪ੍ਰਾਤਨ ਤਰੀਕੇ ਦੇ ਨਾਲ ਸਿਆਹੀ ਦੇ ਨਾਲ ਕਾਨੇ ਦੀਆਂ ਕਲਮਾਂ ਘੜ ਕੇ ਉਹਨਾਂ ਨੂੰ ਫੜਾਈ ਦਿਆਂ ਕਿ ਤੁਸੀਂ ਇਹਦੇ ਨਾਲ ਲਿਖੋ ਉਹਦੇ ਨਾਲ ਉਹ ਬੱਚੇ ਇਕਤੇ ਇੰਟਰਸਟ ਲੈਂਦੇ ਨੇ ਉਹਨਾਂ ਦੀ ਰੁਚੀ ਪੈਦਾ ਹੁੰਦੀ ਉਹਦੇ ਵਿੱਚ ਤੇ ਨਾਲੇ ਉਹ ਲਿਖਾਈ ਬਹੁਤ ਸੋਹਣੀ ਕਰਦੇ ਜਦੋਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਕਲਮ ਨਾਲ ਉਹ ਇੱਕ ਤੇ ਉਹ ਜਿੰਨਾ ਨੇ ਬੱਚਿਆਂ ਨੇ ਪੈਨਸਲ ਫੜਨੀ ਵੀ ਭੁੱਲ ਗਏ ਬਾਲ ਪੈਨਾਂ ਤੇ ਆ ਗਏ ਬਿਲਕੁਲ ਜੀ ਤੇ ਕਲਮ ਦਾ ਤੇ ਉਹ ਸੋਚ ਹੀ ਨਹੀਂ ਸਕਦੇ ਸੋਚੀ ਸਤ ਬਿਲਕੁਲ ਤੇ ਇਸੇ ਕਰਕੇ ਜਿਹੜੀਆਂ ਉਹਨਾਂ ਨੂੰ ਕਲਮਾਂ ਦਿੱਤੀਆਂ ਜਾਂਦੀਆਂ ਉਹ ਬੜੇ ਇੰਟਰਸਟ ਦੇ ਨਾਲ ਉਹ ਸਿੱਖਦੇ ਨੇ ਤੇ ਕਰਦੇ ਵੀ ਨੇ ਤੇ ਸੋਹਣੀ ਲਿਖਾਈ ਵੀ ਕਰਦੇ ਤੁਸੀਂ ਇੱਥੇ ਦਵਾਤ ਦੀ ਗੱਲ ਕੀਤੀ ਹੈ ਕਲਮਾਂ ਦੀ ਗੱਲ ਕੀਤੀ ਹੈ ਤਾਨੂੰ ਲੱਗਦਾ ਕਿ ਜਦੋਂ ਅਸੀਂ ਆਪਣੇ ਹੱਥਾਂ ਦੇ ਨਾਲ ਉਸ ਕਲਮ ਨੂੰ ਪਕੜ ਕੇ ਗੁਰਬਾਣੀ ਦੇ ਅੱਖਰਾਂ ਨੂੰ ਲਿਖਦੇ ਆਂ ਨਾ ਬੰਤਰ ਬਣਾਉਂਦੇ ਆ ਉਹ ਪੁਰਾਣਾ ਸਮਾਂ ਆਪਣੇ ਬਜ਼ੁਰਗਾਂ ਦੀ ਯਾਦ ਦਾਦੇ-ਪਰਦਾਦੇ ਦੀ ਯਾਦ ਉਹ ਉਹ ਹਰ ਵੇਲੇ ਉਹ ਨਾਲ ਹੀ ਰਹਿੰਦੇ ਨੇ ਕਿੰਨਾ ਕੁ ਸਮਾਂ ਤੁਹਾਨੂੰ ਲੱਗਾ ਇਸ ਪੂਰੀ ਬੰਤਰ ਨੂੰ ਸਿੱਖਣ ਵਾਸਤੇ ਇਸ ਟੈਕਨੀਕ ਨੂੰ ਸਿੱਖਣ ਵਾਸਤੇ ਮੈਂ ਦੇਖੋ ਅਜੇ ਤੱਕ ਮੈਂ ਸਿੱਖ ਹੀ ਰਿਹਾ ਹਾਂ ਜੀ ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਇਸ ਦੇ ਵਿੱਚ ਪਰਫੈਕਟ ਹੋ ਗਿਆ ਬਿਲਕੁਲ ساری ਉਮਰ ਬੰਦਾ ਜਿਹੜਾ ਸਿੱਖਦਾ ਹੀ ਰਹਿੰਦਾ ਕਿੰਨਾ ਕੁ ਤੁਸੀਂ ਕਾਰਜ ਕਰ ਚੁੱਕੇ ਹੋ ਲਿਖੰਦਾ ਕਿਹੜੇ-ਕਿਹੜੇ ਤੁਸੀਂ ਗ੍ਰੰਥਾ ਦਾ ਉਤਾਰਾ ਕਹਿ ਸਕਦੇ ਆ ਜਾਂ ਕੋਈ ਇਤਿਹਾਸਕ ਸਰੋਤ ਤੁਸੀਂ ਤਿਆਰ ਕਰ ਚੁੱਕੇ ਹੋ ਨਹੀਂ ਮੈਂ ਅਜੇ ਜਿਹੜੀਆਂ ਕਈ ਬਾਣੀਆਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਚ ਹੈਗੀਆਂ ਨੇ ਉਹਨਾਂ ਨੂੰ ਮੈਂ ਲਿਖਿਆ ਜਬੀ ਸਾਹਿਬ ਦੇ ਸੁਖਮਣੀ ਸਾਹਿਬ ਜੀ ਦੇ ਗੁਟਕਾ ਸਾਹਿਬ ਵੀ ਤਿਆਰ ਕੀਤੇ ਹੱਥ ਨਾਲ ਲਿਖ ਕੇ ਜੀ ਵਾ ਤੇ ਹੋਰ ਵੀ ਕਈ ਬਾਣੀਆਂ ਜਿਵੇਂ ਚੁਪਈ ਸਾਹਿਬ ਮਤਲਬ ਸ਼ੀਟਸ ਦੇ ਉੱਤੇ ਮੈਂ ਗੁਰਬਾਣੀ ਦਾ ਕੰਮ ਕਰਦਾ ਤੇ ਅਨਗਿਣਤ ਹੀ ਕਈ ਹੁਣ ਤੱਕ ਦੇ ਕਈ ਕਰ ਚੁੱਕਾ ਹਾਂ ਜੇਕਰ ਇਸ ਤੋਂ ਇਲਾਵਾ ਹੋਰ ਕਾਰਜਾਂ ਦੀ ਗੱਲ ਕੀਤੀ ਜਾਵੇ ਕਿਉਂਕਿ ਪ੍ਰਾਤਨ ਜਿਹੜੇ ਅਸੀਂ ਸਰੂਪ ਵੇਖਦੇ ਹਾਂ ਆਲੇ ਦੁਆਲੇ ਬਾਰਡਰ ਹੈਗਾ ਚਿੱਤਰਕਾਰੀ ਹੈਗੀ ਹੈ ਮਿਨਾਕਾਰੀ ਹੈਗੀ ਹੈ ਇਹਦੇ ਵਾਸਤੇ ਬਕਾਇਦਾ ਸਮਾਂ ਕੱਢਦਾ ਹਾਂ ਕਿੰਨਾ ਕੁ ਸਮਾਂ ਰੋਜ਼ਾਨਾ ਸਮਾਂ ਦੇਖੋ ਮੈਂ ਰੋਜ਼ਾਨਾ ਜਿਹੜਾ ਵਾ 2-3 ਘੰਟੇ ਮੈਂ ਸਮਾਂ ਇਸ ਉੱਤੇ ਲਾਉਣਾ ਸਵੇਰੇ ਅਮਰਤ ਵੇਲੇ ਉੱਠ ਕੇ ਥੋੜਾ ਜਿਹਾ ਉਹਦੋਂ ਕੰਮ ਕਰੀਦਾ ਜਾਂ ਜਦੋਂ ਫ੍ਰੀ ਹੋ ਕੇ ਆ ਕੇ ਆਪਣੀ ਜੌਬ ਤੋਂ ਫੇਰ ਮੈਂ ਕੰਮ ਕਰਦਾ ਤੇ ਜਿਹੜੇ ਬਾਰਡਰਸ ਵਗੈਰਾ ਹੈਗੇ ਨੇ ਲਿਖਾਈ ਜਿਹੜੀ ਅਖਰਕਾਰੀ ਆ ਉਹ ਤੇ ਕਰਨੀ ਕਰਨੀ ਆ ਉਸ ਤੋਂ ਬਾਅਦ ਜਿਹੜੇ ਆਲੇ ਦੁਆਲੇ ਜਿਹੜੀਆਂ ਉਹਦੀ ਬਾਰਡਰਸ ਬੰਦੇ ਜਿਤਨਾ ਪ੍ਰਾਥਨ ਗ੍ਰੰਥਾਂ ਦੇ ਵਿੱਚ ਹੁੰਦਾ ਹੈ ਕਸ਼ਮੀਰੀ ਕੜਾਈ ਦਾ ਜਾਂ ਪੁਰਾਣੇ ਗ੍ਰੰਥਾਂ ਦੇ ਵਿੱਚ ਜਿਹੜਾ ਕੰਮ ਹੋਇਆ ਹੁੰਦਾ ਹੈ ਕੋਸ਼ਿਸ਼ ਕਰਦਾ ਮੈਂ ਕਿ ਉਹਨੂੰ ਕਰਾਂ ਜੋ ਸੇਧ ਲਈਦੀ ਆ ਆਪਣੇ ਬਰਦਾਦਾਈ ਜੀ ਕੋਲ ਜੋ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਜਿਹੜੀ ਅਮੀਨਾਕਾਰੀ ਕੀਤੀ ਹੈ ਉਹਨਾਂ ਦਾ ਵਰਕ ਵੇਖ ਕੇ ਤੇ ਨਾਲ ਹੋਰ ਪ੍ਰਾਤਨ ਜਿਹੜੇ ਗ੍ਰੰਥੇ ਆ ਉਹਨਾਂ ਨੂੰ ਸਟੱਡੀ ਕਰਕੇ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦਾ ਕੰਮ ਹੋਇਆ ਹੈ ਕੋਸ਼ਿਸ਼ ਕਰਦਾ ਉਹਨਾਂ ਨੂੰ ਕਰਨ ਦੇ ਕੇ ਮਤਲਬ ਉਹਨੂੰ ਐਜ਼ ਇਟ ਇਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਅਕਸਰ ਹਰਦੀਪ ਸਿੰਘ ਜੇ ਵੇਖਿਆ ਜਾਂਦਾ ਕਿ ਜਦੋਂ ਅਸੀਂ ਇਹਨਾਂ ਅੱਖਰਾਂ ਨੂੰ ਆਪਣੇ ਆ ਕਲਮਾ ਰਾਈ ਆਪਣੇ ਹੱਥਾਂ ਰਾਈ ਚਾਰਨ ਕਰਦੇ ਆ ਜਾਂ ਬੰਤਰ ਦੇਣ ਦੀ ਕੋਸ਼ਿਸ਼ ਕਰਦੇ ਆ ਪਹਿਲੇ ਪੇਜ ਤੇ ਚਲੋ ਠੀਕ ਹੈ ਦੂਜੇ ਪੇਜ ਤੇ ਹੈਂਡ ਰਾਈਟਿੰਗ ਚੇਂਜ ਤੀਜੇ ਪੇਜ ਤੇ ਫਿਰ ਚੇਂਜ ਉਹ ਪਹਿਲੇ ਤੋਂ ਲੈ ਕੇ ਖੀਲੇ ਪੇਜ ਤੱਕ ਹੈਂਡ ਰਾਈਟਿੰਗ ਬ ਹੁੰਦਾ ਦੇਖੋ ਹੈਂਡਰਾਈਟਿੰਗ ਦੇ ਵਿੱਚ ਜਦੋਂ ਆਪਾਂ ਲਿਖਦੇ ਆ ਅਸੀਂ ਆਪਣੇ ਹਸਤਾਖਰ ਹੀ ਕਰਨੇ ਹੋਣ ਬਿਲਕੁਲ ਇੱਕ ਵਾਰੀ ਜਿਹੜੇ ਆਪਾਂ ਕਰ ਦਿੱਤੇ ਆ ਉਹ ਹੂ ਹੂ ਜਿਹੜੇ ਦੂਸਰੀ ਵਾਰੀ ਕਰਨੇ ਉਹ ਕਦੀ ਮਿਲਦੇ ਨਹੀਂ ਆ ਜੀ ਫਰਕ ਰਹਿ ਜਾਂਦਾ ਤੇ ਅੱਖਰਾਂ ਦੀ ਜਿਹੜੀ ਮੰਤਰ ਆ ਇਹਦੇ ਵਿੱਚ ਬਹੁਤ ਪਰਫੈਕਸ਼ਨ ਦੀ ਲੋੜ ਆ ਕਿ ਜੇ ਤੁਸੀਂ ਮਤਲਬ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੁਸੀਂ ਇੱਕੋਸਾਰ ਅੱਖਰ ਜੇ ਪਾਉਣੇ ਆ ਤੇ ਉਹਦੇ ਵਿੱਚ ਬਹੁਤ ਪ੍ਰੈਕਟਿਸ ਕਰਨੀ ਪੈਂਦੀ ਆ ਨਹੀਂ ਤੇ ਅੱਖਰ ਜਾ ਕੇ ਜੇ ਤਾਂ ਦਾ ਹੱਥ ਵੀ ਜੇ ਥੱਕ ਗਿਆ ਦਾੜੀ ਅੱਖਰਾਂ ਦੀ ਬਣਾਵਟ ਆਪਣੇ ਆਪ ਚੇਂਜ ਹੋ ਜਾਂਦੀ ਆ ਉਹ ਅੱਖਰ ਕਿਤੇ ਦਾ ਕਿਤੇ ਬਣ ਜਾਂਦਾ ਇਸ ਕਰਕੇ ਇਹਦੇ ਵਿੱਚ ਪਰਫੈਕਸ਼ਨ ਜਿਹੜੀ ਆ ਉਹ ਜ਼ਰੂਰ ਬਹੁਤ ਜ਼ਰੂਰੀ ਆ ਜਦੋਂ ਅਸੀਂ ਪ੍ਰਾਤਮਿਕ ਰੂਪ ਵੇਖਦੇ ਸੀਗੇ ਜਿਹੜੇ ਕਿ ਹਥਲਿਕ ਰੂਪ ਸਨ ਤੋ ਕਿ ਬਹੁਤਾਂ ਗਿੰਤੀ ਚ ਅੱਜ ਵੀ ਪੰਜਾਬ ਦੇ ਕਾਫੀ ਰੈਫਰੈਂਸ ਲਾਇਬ੍ਰੇਰੀ ਵਿੱਚ ਜਾਂ ਕਈ ਗੁਰੂ ਘਰਾਂ ਵਿੱਚ ਸੁਭਾਇਮਾਨ ਨੇ ਉਹ ਸਾਰੇ ਹੱਥ ਨਾਲ ਲਿਖੇ ਹੋਏ ਇਸ ਰੂਪ ਨੇ ਤੁਸੀਂ ਹੋਪ ਹੋ ਉਹਨਾਂ ਉਤਾਰਾ ਉਹਨਾਂ ਗ੍ਰੰਥਾਂ ਦਾ ਉਤਾਰਾ ਕਰ ਸਕਦੇ ਹੋ ਤੁਹਾਨੂੰ ਹੀ ਲੱਗਿਆ ਕਿ ਉਸ ਸਮੇਂ ਇੰਨੇ ਔਖੇ ਪ੍ਰਬੰਧ ਦੇ ਵਿੱਚ ਕਿਵੇਂ ਉਹਨਾਂ ਵਿਦਵਾਨਾਂ ਨੇ ਸੂਰਬ ਲਿਖਿਓ ਨੇ ਅੱਜ ਤਾਂ ਟੈਕਨੋਲੋਜੀ ਹੈਗੀ ਹੈ ਸਾਡੇ ਕੋਲ ਹਰ ਚੀਜ਼ ਮੌਜੂਦ ਹੈ ਜਾਂ ਫਿਰ ਉਸ ਤੋਂ ਵੱਖਰਾ ਕਿ ਤੁਸੀਂ ਨਵਾਂ ਕਰਨ ਜਾਂ ਸੁਧਰੀ ਕਰਨ ਦੀ ਕੋਸ਼ਿਸ਼ ਕਰਦੇ ਹੋ ਦੇਖੋ ਉਹ ਬਜ਼ੁਰਗਾਂ ਦੀ ਜਿਹੜੀ ਸੇਵਾ ਬੜੀ ਵੱਡੀ ਹੈ ਬਿਲਕੁਲ ਅਸੀਂ ਉਹਨਾਂ ਦੇ ਪੈਰਾਂ ਤੱਕ ਵੀ ਨਹੀਂ ਪਹੁੰਚ ਸਕਦੇ ਫੇਰ ਵੀ ਗੁਰਾਮਦਾਸ ਜੀ ਕਿਰਪਾ ਜੀ ਕਰਨ ਤੇ ਆਪਾਂ ਜ਼ਰੂਰ ਮਤਲਬ ਇਸ ਪਾਸੇ ਜਿਹੜਾ ਆਵਾਂਗੇ ਬਟ ਇਹ ਆ ਕਿ ਅ ਕਰਨਾ ਚਾਹੀਦਾ ਵਾ ਕਿਉਂਕਿ ਪ੍ਰਾਤਨ ਜੜੀਆਂ ਚੀਜ਼ਾਂ ਵਾ ਉਹ ਆਪਾਂ ਜੇ ਹੁਣ ਵੀ ਆਪਾਂ ਨਵੀਆਂ ਬਣਾਉਣੀਆਂ ਸ਼ੁਰੂ ਕਰਾ ਮਤਲਬ ਉਹ ਹੱਥ ਨਾਲ ਲੈ ਕੇ ਬਣਾਉਣਾ ਸ਼ੁਰੂ ਕਰਦੇ ਆ ਤੇ ਉਹ ਵੀ ਕਿਸੇ ਸਮੇਂ ਜਾ ਕੇ ਉਹ ਪ੍ਰਾਤਨ ਹੋਣੀਆਂ ਹੀ ਹੋਣੀਆਂ ਜਿਹੜੇ ਕਿਸ ਤਰ੍ਹਾਂ ਕਿਤੇ ਸੁੰਦਰੀਕਰਨ ਦੇਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਮਤਲਬ ਪ੍ਰਾਤਨ ਗ੍ਰੰਥ ਜਿਹੜੇ ਪੁਰਾਣੇ ਹੈਗੇ ਆ ਉਹ ਜ਼ਿਆਦਾ ਲਿਖਾਈ ਦਾ ਕੰਮ ਤੇ ਹੈਗਾ ਮਿਲ ਜਾਂਦਾ ਵਾ ਪਰ ਬਾਰਡਰਸ ਦਾ ਕੰਮ ਬਹੁਤ ਘੱਟ ਹੈ ਬਹੁਤ ਰੇਅਰ ਹੈ ਮਤਲਬ ਬਹੁਤ ਆਪਾਂ ਕਹਿ ਸਕਦੇ ਆ ਕਿ ਕਿਸੇ ਕਿਸੇ ਗ੍ਰੰਥਾਂ ਦੇ ਵਿੱਚ ਆ ਆਗਰਾ ਇਹ ਇੱਕ ਮਾਈ ਥਾਂ ਗੁਰਦੁਆਰਾ ਆ ਉੱਥੇ ਇੱਕ ਸਰੂਪਿਆ ਗੁਰਗ੍ਰੰਥ ਸਾਹਿਬ ਜੀ ਦਾ ਬਹੁਤ ਸੋਹਣਾ ਕੰਮ ਹੋਇਆ ਉਹਦੇ ਉੱਤੇ ਇੰਨੇ ਸੋਹਣੇ ਬਾਰਡਰਸ ਬਣੇ ਹੋਏ ਨੇ ਤੇ ਮੈਨੂੰ ਵੇਖਣ ਦਾ ਮੌਕਾ ਮਿਲਿਆ ਸੀ ਇਸ ਲਈ ਮੈਂ ਜਾਣਨ ਰਹਿਣਾ ਕਿਤੇ ਜਿੱਥੇ ਮੈਨੂੰ ਮੌਕਾ ਮਿਲਦਾ ਮੈਂ ਜਾਂਦਾ ਮੈਂ ਬਾਰਡਰਸ ਵੇਖਦਾ ਰਹਿਣਾ ਲਿਖਾਈ ਵੇਖਦਾ ਰਹਿਣਾ ਕਿਸ ਤਰ੍ਹਾਂ ਦੀ ਹੋਈ ਸਾਡੇ ਪੁਰਾਣੇ ਬਜ਼ੁਰਗਾਂ ਨੇ ਗੁਰੂਆਂ ਨੇ ਕਿਸ ਤਰ੍ਹਾਂ ਦੀ ਲਿਖਾਈ ਕੀਤੀ ਹੈ ਆਪਾਂ ਸਟੱਡੀ ਕਰਦੇ ਰਹਿੰਦਾ ਜੀ ਅਕਸਰ ਦੇਖਿਆ ਜਾਂਦਾ ਰਦੀਪ ਸਿੰਘ ਜਿਹੜੇ ਸਾਡੇ ਪ੍ਰਾਤਨ ਸਰੂਪ ਸੀਗੇ ਜਿਹੜੀ ਉਹਨਾਂ ਵਿੱਚ ਸ਼ਾਈ ਵਰਤੀ ਗਈ ਹੈ ਜਾਂ ਜਿਹੜਾ ਕਾਗਜ਼ ਵਰਤਿਆ ਗਿਆ ਉਹ ਬੜੇ ਲੰਬੇ ਸਮੇਂ ਤੱਕ ਸਾਂਭਿਆ ਜਾਦਾ ਹੈ ਕਿ ਇਹ ਹੈਜੀ ਟੈਕਨੀਕ ਵਰਤੀ ਗਈ ਹੈ ਕਿ ਆਜ ਦੇ ਸਮੇਂ ਤੁਸੀਂ ਜਿਹੜੀ ਮੰਤਰ ਕਰਦੇ ਹੋ ਤਿਆਰ ਕਰਦੇ ਹੋ ਸਰੂਪ ਤਿਆਰ ਕਰਦੇ ਹੋ ਜਿਹੜੀ ਤੁਸੀਂ ਸਮਗਰੀ ਵਰਤਦੇ ਹੋ ਕਿ ਉਸ ਸਮਗਰੀ ਦੀ ਵੀ ਕੋਈ ਉਮਰ ਹੈ ਕਿ ਕਿੰਨੇ ਸਾਲ ਤੱਕ ਕਾਗਜ਼ ਸੰਭਾਲਿਆ ਜਾ ਸਕਦਾ ਹੈ ਜਾਂ ਕਿੰਨੀ ਚਿਰ ਤੱਕ ਇਸਾਈ ਦੀ ਵਰਤੋਂ ਆਪਾਂ ਇਹਨਾਂ ਬਿੰਦੂ ਦੇਖ ਸਕਦੇ ਹਾਂ ਸੁਧਰ ਕਿੰਨਾ ਜਾ ਸਕਦਾ ਹੈ ਹਾਂਜੀ ਹਾਂਜੀ ਮੈਂ ਤੁਹਾਨੂੰ ਦੱਸਦਾ ਜੀ ਜਿਹੜੀ ਆਪਣਾ ਕਾਗਜ਼ ਜਿਹੜਾ ਵਾ ਉਹ ਕਾਗਜ਼ ਅੱਜ ਵੀ ਉਹ ਪਰਿਵਾਰ ਜੈਪੁਰ ਦੇ ਵਿੱਚ ਬੈਠਾ ਵਾ ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਕਰਤਾਰਪੁਰੀ ਬੀੜ ਬਣਾਉਣ ਵਾਸਤੇ ਕਾਗਜ਼ ਬਣਾ ਕੇ ਦਿੱਤਾ ਸੀ ਕੀ ਬਾਤ ਹਾਂ ਉਹ ਅੱਜ ਵੀ ਉੱਥੇ ਬੈਠਾ ਉਹ ਅੱਜ ਵੀ ਉਹੋ ਹੀ ਟੈਕਨੀਕ ਦੇ ਨਾਲ ਹੱਥਾਂ ਦੇ ਨਾਲ ਕਾਗਜ਼ ਬਣਾ ਰਹੇ ਨੇ ਜਿਹਦੀ ਅਜੇ ਵੀ ਸਾਲਾਂ ਦੇ ਮਤਲਬ ਬਦੀ ਲਾਈਫ ਆ ਮਤਲਬ ਬਹੁਤ ਲੰਮੀ ਉਹਦੀ ਲਾਈਫ ਰਹਿੰਦੀ ਹੈ ਤੇ ਜਿਹੜੀ ਸਿਆਹੀ ਹੈ ਸਿਆਹੀ ਵੀ ਜੇ ਆਪਾਂ ਪੂਰੀ ਉਹਨੂੰ ਆਰਗੇਨਿਕ ਤਰੀਕੇ ਦੇ ਨਾਲ ਕੁਦਰਤੀ ਤਰੀਕੇ ਦੇ ਨਾਲ ਬਣਾਈਏ ਤੇ ਉਹਦੀ ਲਾਈਫ ਵੀ ਘੱਟੋ ਘੱਟ ਮਤਲਬ 3-400 ਸਾਲ ਰਹਿੰਦੀ ਹੈ ਤੁਸੀਂ ਕਿਵੇਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਮੈਂ ਸੁੰਦਰੀਕਰਨ ਕਰ ਰਹੇ ਹਾਂ ਜਿਸ ਗ੍ਰੰਥ ਦਾ ਸੁੰਦਰੀਕਰਨ ਕਰਾ ਜਿਹੜੀ ਮੈਂ ਸ਼ਾਈ ਵਰਤੋਂ ਕਰ ਰਹੇ ਹਾਂ ਜਿਹੜੇ ਮੈਂ ਕਾਗਜ਼ ਦੀ ਵਰਤੋਂ ਕਰ ਰਹੇ ਇਸ ਨੂੰ ਇੰਨੇ ਸਾਲ ਤੱਕ ਜੀਵਤ ਰੱਖਿਆ ਜਾ ਸਕਦਾ ਹੈ ਕਿਉਂਕਿ ਕਿਤੇ ਨਾ ਕਿਤੇ ਕੋਈ ਪੈਰਾਮੀਟਰ ਹੈ ਤੁਹਾਡੇ ਕੋਲ ਜਾਂ ਕਿਤੇ ਕੋਈ ਮਾਪਦੰਡ ਹੈ ਵੀ ਇਹ ਜਿਹੜੀ ਟੈਕਨੀਕ ਵਰਤੀ ਜਾਵੇਗੀ ਇਹਨੇ ਸਾਲ ਸੰਭੀ ਜਾਵੇਗੀ ਦੇਖੋ ਜਿਹੜੇ ਕਾਗਜ਼ ਆ ਕਾਗਜ਼ ਦੇ ਵਿੱਚ ਜਿਹੜਾ ਮਸ਼ੀਨੀ ਕਾਗਜ਼ ਬੰਦਾ ਉਹਦੇ ਵਿੱਚ ਕਈ ਤਰ੍ਹਾਂ ਦੇ ਕੈਮੀਕਲ ਪਾਏ ਜਾਂਦੇ ਆ ਕਾਗਜ਼ ਨੂੰ ਉਹਨੂੰ ਚਿੱਟਾ ਕਰਨ ਵਾਸਤੇ ਜਾਂ ਉਹਨੂੰ ਸਾਫ਼ ਕਰਨ ਵਾਸਤੇ ਪਰ ਜਿਹੜਾ ਹੱਥ ਨਾਲ ਕਾਗਜ਼ ਜੈਪੁਰ ਦੇ ਵਿੱਚ ਬਣਾਇਆ ਜਾਂਦਾ ਵਾ ਉਹਨੂੰ ਬੜੇ ਤਰੀਕੇ ਦੇ ਨਾਲ ਉਹ ਚ ਕੋਈ ਕੈਮੀਕਲ ਕੋਈ ਐਲਕੋਹਲ ਜਾਂ ਕੋਈ ਇਹੋ ਜਿਹੀ ਕੋਈ ਚੀਜ਼ ਨਹੀਂ ਵਰਤੀ ਜਾਂਦੀ ਜਿਹੜੇ ਕਾਗਜ਼ ਨੂੰ ਖਰਾਬ ਕਰੇ ਉਹਦੇ ਵਿੱਚ ਇਹੋ ਜੀਆਂ ਚੀਜ਼ਾਂ ਜਿਸਾਂ ਨੇਮਿਆ ਵਗੈਰਾ ਉਹਨੂੰ ਕੀੜਾ ਵੀ ਨਹੀਂ ਲੱਗਦਾ ਉਹਦੇ ਕਰਕੇ ਮਤਲਬ ਕੁਦਰਤੀ ਜਿਹੜੀਆਂ ਚੀਜ਼ਾਂ ਉਹਨਾਂ ਦੇ ਜਿਹੜਾ ਵਾ ਉਹਦੇ ਨਾਲ ਕਾਗਜ਼ ਬਣਾਇਆ ਜਾਂਦਾ ਤੇ ਸਿਆਹੀ ਮੈਂ ਕਹਿ ਸਕਦਾ ਆਧੁਨਿਕ ਯੁੱਗ ਦੇ ਵਿੱਚ ਵੀ ਪਰਾਤਨ ਵਿਰਸਾ ਅਜੇ ਕੰਮ ਕਰ ਰਿਹਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਸਿਆਹੀ ਵੀ ਜਿਹੜੀ ਆ ਸਿਆਹੀ ਵੀ ਜਿਹੜੀ ਪਰਾਤਨ ਜਿਹੜੀ ਟੈਕਨੀਕ ਆ ਉਹ ਤੁਸੀਂ ਦੇਖਿਆ ਹੋਏਗਾ ਪੁਰਾਣੇ ਸਰੂਪਾਂ ਦੇ ਵਿੱਚ ਖੀਰ ਤੇ ਜਾ ਕੇ ਸਿਆਹੀ ਦੀ ਵਿਧੀ ਬਿਲਕੁਲ ਸਿਆਹੀ ਦੀ ਵਿਧੀ ਲਿਖੀ ਹੁੰਦੀ ਹੈ ਜਿਹਦੇ ਵਿੱਚ ਲਿਖਿਆ ਹੁੰਦਾ ਕਿ ਕਿੰਨੀ ਕਿੰਨੀ ਮਾਤਰਾ ਦੇ ਵਿੱਚ ਕਿਹੜੀ ਕਿਹੜੀ ਚੀਜ਼ ਪਾਉਣੀ ਆ ਸਭ ਤੋਂ ਮੇਨ ਜਿਹੜਾ ਉਹਦਾ ਇਨਗਰੀਡੀਐਂਟ ਹੈਗਾ ਉਹ ਦੀਵੇ ਦੀ ਲਾਟ ਦਾ ਕੱਜਲ ਆ ਬਿਲਕੁਲ ਠੀਕ ਹੈ ਸਰੋਂ ਦੇ ਤੇਲ ਦੇ ਨਾਲ ਬਾਲ ਕੇ ਉਹਦਾ ਕੱਜਲ ਕਿੰਨਾ ਨੀਲਮ ਪਾਣਾ ਕਿੰਨੇ ਇਸ ਪਾਣੀ ਉਹਦੇ ਵਿੱਚ ਸੋਨਾ ਵੀ ਪੈਂਦਾ ਬਿਲਕੁਲ ਜੀ ਬਿਲਕੁਲ ਉਹਨੂੰ ਫਿਰ ਨਿੰਮ ਦੀ ਲੱਕੜ ਦੇ ਨਾਲ ਤਾਂਬੇ ਦੇ ਭਾਂਡੇ ਦੇ ਵਿੱਚ ਬਣਾਇਆ ਜਾਂਦਾ ਤਾਂ ਕਿ ਉਹਦਾ ਜਿਹੜਾ ਨਿੰਮ ਦੇ ਨਾਲ ਨਿੰਮ ਉਹ ਕੀੜਾ ਨਹੀਂ ਲੱਗਦਾ ਉਹਨੂੰ ਸਿਆਹੀ ਤੇ ਸੋਨੇ ਦੇ ਨਾਲ ਜੇ ਮਾੜੀ ਜੀ ਲਾਈਟ ਦੇ ਵਿੱਚ ਵੀ ਬਿਲਕੁਲ ਹਲਕੀ ਜੀ ਰੋਸ਼ਨੀ ਦੇ ਵਿੱਚ ਵੀ ਉਹ ਅੱਖਰ ਜਿਹੜੇ ਆ ਉਹ जगਦੇ ਨੇ ਮਤਲਬ ਉਹਨੂੰ ਇਸ ਤਕਰੀਕ ਨਾਲ ਬਣਾਇਆ ਜਾਂਦਾ ਹੈ ਕਿ ਸੋਨਾ ਜਿਹੜਾ ਹੀ ਹਲਕਾ ਜਿਹਾ ਵੀ ਚਾਨਣ ਕਿਤੇ ਰੋਸ਼ਨੀ ਨਜ਼ਰ ਆਉਂਦੀ ਹੈ ਤੇ ਉਹ ਅੱਖਰ ਜਿਹੜੇ ਆ ਸਾਫ਼ ਪੜੇ ਜਾਂਦੇ ਉੱਪਰ ਕੇ ਸਾਹਮਣੇ ਆ ਜਾਂਦੇ ਹਾਂਜੀ 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 ਕੇਵਲ ਇਸ ਬੰਤਰ ਤੋਂ ਇਲਾਵਾ ਹੋਰ ਵੀ ਕੋ ਤੁਹਾਡੇ ਵੱਲੋਂ ਕਾਰਜ ਕੀਤੇ ਜਾ ਰਹੇ ਨੇ ਦੇਖੋ ਮੈਂ ਹੋਰ ਆਪਣੇ ਜਿਹੜੇ ਦਾਦਾ ਜੀ ਦੀਆਂ ਪੇਂਟਿੰਗਸ ਜਿਹੜੀਆਂ ਵਾਂ ਉਹਨਾਂ ਨੂੰ ਅਸੀਂ ਰੀਪਰੋਡਿਊਸ ਕਰਦੇ ਹਾਂ ਕੈਨਵਸ ਉੱਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਜਿਹੜੀਆਂ ਤਸਵੀਰਾਂ ਹੈਗੀਆਂ ਵਾਂ ਤੇ ਹੋਰ ਵੀ ਕਈ ਕਾਰਜ ਜਿਸ ਨਾਲ ਮੈਂ ਬੁੱਕਸ ਵਗੈਰਾ ਡਿਜ਼ਾਈਨ ਕਰਦਾ ਵਾਂ ਅਕਾਲ ਤਖਤ ਸਾਹਿਬ ਦੀਆਂ ਕਈ ਕਿਤਾਬ ਇੱਕ ਕਿਤਾਬ ਅਸੀਂ ਕਰ ਰਹੇ ਹਾਂ ਉਹ ਜੋ 84 ਤੋਂ ਪਹਿਲੀ ਜਿਹੜੀ ਬਿਲਡਿੰਗ ਸੀ ਉਹਦੀ ਸਾਰੀ ਕਿਤਾਬ ਅਸੀਂ ਡਿਜ਼ਾਈਨ ਕਰ ਰਹੇ ਹਾਂ ਹੋਰ ਵੀ ਅਸੀਂ ਮਤਲਬ ਬੁੱਕਸ ਜਿਹੜੀਆਂ ਵਾਂ ਤੇ ਕੁਝ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਧਰਮ ਦਾ ਕਾਰਜਕਰਨ ਹੋਵੇ ਤਾਂ ਸਾਨੂੰ ਬਹੁਤ ਕੋਈ ਧਿਆਨ ਨਾਲ ਸੋਚ ਸਮਝ ਕੇ ਚੱਲਣਾ ਪੈਂਦਾ ਹੈ ਕਿਉਂਕਿ ਧਰਮ ਦਾ ਮਸਲਾ ਇਹਦੇ ਵਿੱਚ ਸ਼ਰਧਾ ਵੀ ਜੁੜੀ ਹੈ ਤੇ ਕਈਆਂ ਦੀ ਆਸਥਾ ਵੀ ਬਹੁਤ ਜ਼ਰੂਰੀ ਹੈ ਇੱਥੇ ਤੱਕ ਕਿ ਕਈਆਂ ਤੋਂ ਪਰਮਿਸ਼ਨ ਲੈਣੀ ਜਿੱਥੇ ਬੰਦੇ ਦਾ ਕੰਮ ਹੋਵੇਗਾ ਜਾਂ ਸਾਡੀ ਸਭਾ ਸੈਟ ਕੀ ਕਹਿੰਦੀ ਹੈ ਸਾਡੀ ਸੰਗਤ ਕੀ ਆਖੇਗੀ ਇਹ ਵੀ ਕਿਤੇ ਨਾ ਕਿਤੇ ਮਨ 'ਚ ਖਿਆਲ ਜੁੜ ਆਉਂਦਾ ਹੋਵੇਗਾ ਆਉਂਦਾ ਵਾ ਉਹ ਫਿਰ ਕੋਸ਼ਿਸ਼ ਕਰੀਦੀ ਹੈ ਕਿ ਇਹੋ ਜਿਹੀ ਕ੍ਰਿਟਿਸਿਜ਼ਮ ਦੇ ਵਿੱਚ ਨਾ ਹੀ ਆਇਆ ਜਾਵੇ ਤੇ ਚੰਗੀ ਗੱਲ ਹੈ ਬਾਕੀ ਅ ਜਿੰਨਾ ਕਿ ਸਾਥੋਂ ਹੋ ਸਕਦਾ ਵਾ ਕਿ ਜਿਹਦੇ ਵਿੱਚ ਕੋਈ ਕਿਸੇ ਦੀ ਮਤਲਬ ਕਿਸੇ ਨੂੰ ਕਿੰਤੂ ਪ੍ਰੰਤੂ ਨਾ ਹੋਵੇ ਜਾਂ ਕੋਈ ਰਹਿਤ ਦਾ ਕੋਈ ਮਸਲਾ ਨਾ ਖੜਾ ਹੋਵੇ ਆਪਾਂ ਉਹਦੇ ਵਿੱਚ ਆਪਣਾ ਯੋਗਦਾਨ ਪਾਈਦਾ ਤੁਹਾਡੇ ਬਜ਼ੁਰਗਾਂ ਨੇ ਇਹ ਕਾਰਜ ਸ਼ੁਰੂ ਕੀਤਾ ਹਾਂਜੀ ਮੀਨਾਕਾਰੀ ਦਾ ਸ਼ਿਲਪਕਾਰੀ ਦਾ ਹੱਥ ਲਿਖਤ ਦਾ ਤੁਹਾਡੇ ਦਾਦਾ ਜੀ ਨੇ ਫਿਰ ਤੁਹਾਡੇ ਪਿਤਾ ਫਿਰ ਤੁਸੀਂ ਸੰਭਾਲ ਕੇ ਰੱਖਿਆ ਤੁਹਾਡੇ ਸਾਹਮਣੇ ਇੱਕ ਨਵਾਂ ਜਮਾਨਾ ਖੜਾ ਹੈ ਆਉਣ ਵਾਲੇ ਸਮੇਂ ਟੈਕਨੀਕ ਹੋਰ ਨਵੀਂ ਆਉਂਦੀ ਜਾਏਗੀ ਜਮਾਨਾ ਹੋਰ ਵੱਧਦਾ ਜਾਵੇਗਾ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਵਿਰਾਸਤ ਮੇਰੇ ਕੋਲ ਸੰਭੀ ਪਈ ਜਾਂ ਮੇਰੇ ਬਜ਼ੁਰਗਾਂ ਸੰਭੀ ਸੀ ਆਮਲੇ ਸਮੇਂ ਚ ਇਸ ਵਿਰਾਸਤ ਨੂੰ ਕਿੰਨੇ ਕੁ ਉਠਾਉਂਦੇ ਨੇ ਦੇਖੋ ਮੈਂ ਤੇ ਬਣਦਾ ਜਾ ਰਿਹਾ ਮੈਂ ਤੇ ਜਿੱਥੇ ਜੰਨਾ ਮੈਂ ਤੇ ਹਰ ਕਿਸ ਨੂੰ ਕਹਿੰਦਾ ਕਿ ਸਿੱਖੋ ਸਿੱਖੋ ਤੇ ਅੱਗੇ ਹੋਰ ਲੋਕਾਂ ਨੂੰ ਦੱਸੋ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਧਰਮ ਦੇ ਮਸਲੇ ਦੇ ਵਿੱਚ ਕਿਤਨੇ ਕਿਤੇ ਸਾਡੀਆਂ ਜਿਹੜੀਆਂ ਇਹ ਜਿਹੜੀਆਂ ਅਲੋਪ ਹੋ ਰਹੀਆਂ ਜਿਹੜੀਆਂ ਪਰੰਪਰਾਵਾਂ ਨੇ ਐਸੀ ਕੰਨ ਅਲੋਪ ਹੋਈਆਂ ਨੇ ਕਿੱਥੇ ਧਰਮ ਦੀ ਮਰਿਆਦ ਆ ਗਈ ਕਿੱਥੇ ਧਰਮ ਦੀ ਬੰਦਸ਼ਾ ਆ ਗਈ ਕਿੱਥੇ ਸ਼ਰਧਾ ਦੀ ਗੱਲ ਕਿਤੇ ਆਸਥਾ ਦੀ ਗੱਲ ਆ ਗਈ ਨੇ ਇਹ ਨਹੀਂ ਹੈਗਾ ਮਤਲਬ ਆਪਾਂ ਬੰਦਸ਼ਾਂ ਉੱਥੇ ਆਉਂਦੀਆਂ ਵਾਂ ਜਿੱਥੇ ਕਿਸੇ ਆਪਾਂ ਕਿਸੇ ਚੀਜ਼ ਨੂੰ ਆਪਾਂ ਗਲਤ ਤਰੀਕੇ ਨਾਲ ਪੇਸ਼ ਕਰ ਰਹੇ ਹਾਂ ਜਾਂ ਇਸ ਤਰ੍ਹਾਂ ਕਰ ਇਹੋ ਜੀ ਕੋਈ ਮਸਲਾ ਨਹੀਂ ਆ ਸਹੀ ਤਰੀਕੇ ਨਾਲ ਗੁਰਗਰਾਮ ਦਾ ਜੀ ਦਾ ਨਾਮ ਲੈ ਕੇ ਤੁਸੀਂ ਕੰਮ ਸ਼ੁਰੂ ਕਰੋ ਤੇ ਉਹ ਸਭ ਹਾ ਤੁਹਾਡੇ ਨਾਲ ਅੰਗ ਸੰਗ ਸਹਾਇ ਹੁੰਦੇ ਆ ਆਪਣੇ ਆਪ ਕੰਮ ਸਿਰੇ ਚੜ ਜਾਂਦਾ ਕਿਤੇ ਨਾ ਕਿਤੇ ਜੇਕਰ ਅੰਦਰ ਜਨੂੰਨ ਹੋਵੇ ਕੁਝ ਕਰਨ ਦਾ ਤੇ ਤੇ ਕੀਤਾ ਜਾ ਸਕਦਾ ਫਿਰ ਆਪਣੇ ਆਪ ਹੋ ਜਾਂਦਾ ਉਹ ਤੁਹਾਨੂੰ ਕਰਨ ਦੀ ਲੋੜ ਨਹੀਂ ਪੈਂਦੀ ਉਹ ਸੱਚੇ ਪਾਤਸ਼ਾਹ ਆਪ ਆਪਣਾ ਹੱਥ ਫੜ ਕੇ ਤੁਹਾਡਾ ਤੇ ਫੇਰ ਕੰਮ ਕਰਾਉਂਦੇ ਆ ਓਕੇ ਇਹ ਤੁਸੀਂ ਕਰਨਾ ਕੋਈ ਇਹੋ ਜਿਹਾ ਪ੍ਰੋਜੈਕਟ ਜਿਹੜਾ ਸੀ ਆਪ ਕਰਨਾ ਚਾਹੁੰਦੇ ਹੋ ਵੇ ਤੇ ਹਜੇ ਤੱਕ ਉਹ ਨਾ ਕਰ ਸਕੇ ਹੋ। ਦੇਖੋ ਮੇਰੀ ਇੱਛਾ ਜ਼ਰੂਰ ਹੈਗੀ ਆ ਕਿ ਮੈਂ ਅ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪ ਲਿਖ ਕੇ ਤਿਆਰ ਕਰਾਂ ਪਰ ਮੈਂ ਆਪਣੇ ਆਪ ਨੂੰ ਅਜੇ ਇਸ ਕਾਬਿਲ ਨਹੀਂ ਸਮਝਦਾ। ਅ ਕਾਫੀ ਮੈਨੂੰ ਸੰਗਤ ਚੋਂ ਮਤਲਬ ਸੰਗਿਆ ਹਵਾ ਕਿ ਤੁਸੀਂ ਸਰੂਪ ਤਿਆਰ ਕਰੋ ਪਰ ਮੈਂ ਆਪਣੇ ਆਪ ਨੂੰ ਅਜੇ ਮੈਂ ਸਿੱਖਦਾ ਪਿਆ ਵਾਂ ਮੈਂ ਅਜੇ ਵੀ ਸੋਚਦਾ ਕਿ ਮੈਂ ਅਜੇ ਸਿੱਖ ਰਿਹਾ ਵਾਂ। ਜਿੰਨੀ ਦੇਰ ਤੱਕ ਮੈਨੂੰ ਉੱਪਰੋਂ ਹੁਕਮ ਨਹੀਂ ਆਉਣਾ ਕਿ ਤੁਸੀਂ ਉਨੀ ਦੇਰ ਤੱਕ ਮੈਂ ਕੁਝ ਕਰ ਨਹੀਂ ਸਕਦਾ ਪਰ ਮੇਰੀ ਇਹ ਮੰਦੀ ਇੱਛਾ ਜ਼ਰੂਰ ਹੈਗੀ ਆ ਕਿ ਮੈਂ ਤਿਆਰ ਕਰਨਾ ਹਦੀਪ ਸਿੰਘ ਇੱਕ ਹੋਰ ਸਵਾਲ ਇਹ ਸਵਾਲ ਸਾਡੀ ਸੰਗਤ ਦਾ ਹੈਗਾ ਕਿਉਂਕਿ ਇੱਕ ਅਨੇਕਾ ਰੂਪ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥੀ ਲਿਖਤ ਜਾ ਚੁੱਕੇ ਨੇ ਲਿਖੇ ਵੀ ਜਾ ਰਹੇ ਨੇ ਕਾਫੀ ਕੰਮ ਹੋ ਰਿਹਾ ਹੈ ਅਕਸਰ ਅਸੀਂ ਵੇਖਿਆ ਕਿ ਜਿਹੜੇ ਹੱਥ ਨਾਲ ਕਾਜ ਕੀਤੇ ਜਾਂਦੇ ਨੇ ਹੱਥ ਨਾਲ ਰੂਪ ਲਿਖੇ ਜਾਂਦੇ ਨੇ ਸੁੰਦਰੀਕਰਨ ਦੇ ਵਿੱਚ ਕਈ ਵਾਰ ਗੁਰਮੁਖੀ ਤੇ ਅੱਖਰਾਂ ਦੀ ਬੰਤਰ ਖਤਮ ਕਰ ਦਿੱਤੀ ਜਾਂਦੀ ਹੈ ਤੁਹਾਨੂੰ ਨਹੀਂ ਲੱਗਦਾ ਕਿ ਤੇ ਸੁੰਦਰੇ ਕੰਨ ਵਿੱਚ ਅਸੀਂ ਗੁਰਬਾਣੀ ਦੇ ਨਾਲ ਇਨਸਾਫ ਨਾ ਕਰ ਸਕੀਏ ਦੇਖੋ ਜਿਹੜਾ ਹੈਗਾ ਨਾ ਆਪਣਾ ਜਦੋਂ ਗੁਰਬਾਣੀ ਆਪਾਂ ਲਿਖ ਰਹੇ ਹਾਂ ਲਗਾ ਸਾਰਤਾ ਦੇ ਵਿੱਚ ਉਦੋਂ ਤੇ ਉਹਦੀ ਬੰਤਰ ਬਿਲਕੁਲ ਉਹੋ ਰਹਿਣੀ ਚਾਹੀਦੀ ਹੈ ਜੋ ਪ੍ਰਾਤਨ ਹੈਗੀ ਜੀ ਜੋ ਮਰਿਆਦਾ ਦੇ ਅਨਸਾਰ ਹੈਗੀ ਹੈ ਕਿਉਂਕਿ ਮੈਂ ਤੁਹਾਨੂੰ ਇਹ ਸਵਾਲ ਤਾਂ ਕੀਤਾ ਕਿਉਂਕਿ ਜਦੋਂ ਅਸੀਂ ਇਕੋ ਅੰਕਾਰ ਦੇ ਸਰੂਪ ਨੂੰ ਵੇਖਦੇ ਹਾਂ ਪ੍ਰਤਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਵਿੱਚ ਉੱਥੇ ਸਰੂਪ ਹੋ ਰਿਹਾ ਪਰੰਤੂ ਜਦੋਂ ਅਸੀਂ ਪਿਕਚਰਜ਼ ਦੇ ਰੂਪ ਵੇਖਦੇ ਹਾਂ ਆਏ ਸਾਡੇ ਸਾਹਮਣੇ ਇਕੋ ਅੰਕਾਰ ਦੇ ਸਰੂਪ ਦੇ ਕਿੰਨੇ ਹੀ ਬੰਤਰ ਦੇ ਸਰੂਪ ਸਾਡੇ ਸਾਹਮਣੇ ਦਿਖਾਏ ਜਾ ਰਹੇ ਨੇ ਹੁਣ ਅਸਲ ਸਰੂਪ ਕਿਹੜਾ ਇਕੋ ਅੰਕਾਰ ਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਚ ਮਿਲੇਗਾ ਹੋਰ ਕਿਤੇ ਨਹੀਂ ਮਿਲੇਗਾ ਤੁਹਾਨੂੰ ਇਹ ਲੱਗਦਾ ਜੇਕਰ ਸੁੰਦਰੀ ਕਰਨ ਵਿੱਚ ਅਸੀਂ ਬੰਤਰਾਂ ਦਾ ਧਿਆਨ ਰੱਖੀਏ ਅਕਾਰ ਦਾ ਧਿਆਨ ਰੱਖੀਏ ਸਰੂਪ ਦਾ ਧਿਆਨ ਰੱਖੀਏ ਸ਼ੈਦ ਉਹ ਸੁందਰੀਕਰਨ ਜਿਆਦਾ ਹੋ ਸਕੇ ਨਹੀਂ ਰੱਖਣਾ ਚਾਹੀਦਾ ਜ਼ਰੂਰ ਰੱਖਣਾ ਚਾਹੀਦਾ ਜੋ ਪ੍ਰਾਤਨ ਹੈਗਾ ਵਾ ਜੇ ਅਸੀਂ ਉਹਨੂੰ ਸੁందਰੀਕਰਨ ਦੇ ਨਾਂ ਦੇ ਉੱਤੇ ਅਸੀਂ ਉਹਨੂੰ ਵਿਗਾੜ ਦਈਏ ਤਾਂ ਫਿਰ ਇੱਥੇ ਅਸੀਂ ਗਲਤ ਹੋ। ਅਸੀਂ ਗਲਤ ਆ। ਮਤਲਬ ਇਥੇ ਆਪਾਂ ਆਪਣੇ ਆਪ ਨੂੰ ਗਲਤ ਸਾਬਤ ਜਿਹਨੂੰ ਪੇਸ਼ ਕਰਨਾ ਵਾ ਅਸੀਂ ਸੰਗਤ ਨੂੰ ਵਿਖਾਉਣਾ ਵਾ ਜੇ ਇਹ ਨੂੰ ਗਲਤ ਸਰੂਪ ਦਿਖਾਈ ਜਾਵਾਂਗੇ ਯਾਨੀ ਕਿ ਇਹ ਕਿਹਾ ਜਾ ਸਕਦਾ ਹੈ ਕਿ ਜਦੋਂ ਹਰਦੀਪ ਸਿੰਘ ਦੁਆਰਾ ਸਰੂਪ ਲਿਖਿਆ ਜਾਵੇਗਾ ਉਹ ਮੰਤਰਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਪੂਰਾ ਪ੍ਰੋਪਰ ਜੋ ਪ੍ਰਾਤਨ ਹੈਗੇ ਸੀ ਅੱਖਰ ਜੋ ਪ੍ਰਾਤਨ ਜਿਹੜੀ ਲਿਖਾਈ ਕੀਤੀ ਗਈ ਸੀ ਪੂਰਾ ਉਹਨੂੰ ਸਟੱਡੀ ਕਰਕੇ ਮੈਂ ਇਸੇ ਕਰਕੇ ਮੈਂ ਕਹਿ ਰਿਹਾ ਕਿ ਮੈਂ ਅਜੇ ਆਪਣੇ ਆਪ ਨੂੰ ਇਸ ਕਾਬਿਲ ਨਹੀਂ ਸਮਝਦਾ ਸੱਚਮੁੱਚ ਹਰਦੀਪ ਸਿੰਘ ਤੁਸੀਂ ਵਕ ਹੀ ਉਸ ਵਿਰਾਸਤ ਨੂੰ ਸਾਹਮਣੇ ਰੱਖਿਆ ਜਿਹੜੀ ਵਿਰਾਸਤ ਅੱਜ ਕੇਵਲ ਤੇ ਕੇਵਲ ਸਾਨੂੰ ਗੁਰਦੁਆਰੇ ਸਾਹਿਬਾਨਾਂ ਦੇ ਅੰਦਰ ਤੁਹਾਡੇ ਬਜ਼ੁਰਗਾਂ ਰਹੀਂ ਦੇਖਣ ਨੂੰ ਮਿਲਦੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਇਮਾਰਤ ਦੇ ਵਿੱਚ ਦੀਵਾਰਾਂ ਦੇ ਵਿੱਚ ਜਿਹੜੇ ਬਿਨਾਕਾਰੀ ਕੀਤੀ ਤੁਹਾਡੇ ਬਜ਼ੁਰਗਾਂ ਨੇ ਅਸੀਂ ਕਮਲ ਅੱਖੀਂ ਵੇਖ ਸਕਦੇ ਹਾਂ ਤੁਸੀਂ ਤਾਂ ਉਸ ਬਜ਼ੁਰਗਾਂ ਦੇ ਨਾਲ ਜੁੜੇ ਹੋ ਤੁਸੀਂ ਉਸ ਪਰਿਵਾਰ ਨਾਲ ਜੁੜੇ ਹੋ ਥੋੜਾ ਜਿਹਾ ਮੈਂ ਇਹ ਵੀ ਚਾਹਾਂਗਾ ਆਓ ਗੁਰੂ ਕੀ ਪੈਰੀ ਸਾਧ ਸੰਗਤ ਜੀ ਅਸੀਂ ਥੋੜਾ ਜਿਹਾ ਆਨੰਦ ਲੈਨੇ ਆ ਸਰਦਾਰ ਹਰਦੀਪ ਸਿੰਘ ਨੇ ਜਿਹੜਾ ਆਪਣੇ ਹੱਥੀਂ ਕੰਮ ਕੀਤਾ ਆਪਣੇ ਬਜ਼ੁਰਗਾਂ ਦੀ ਵਿਰਾਸਤ ਨੂੰ ਸਾਹਮਣੇ ਰੱਖਿਆ ਉਹ ਵਿਰਾਸਤ ਕੀ ਹੈ ਕਿਵੇਂ ਨਵਿਕਲਾ ਕਾਰਜ ਕਰ ਰਹੇ ਨੇ ਤੇ ਆਧੁਨਿਕ ਯੁੱਗ ਵਿੱਚ ਇਸ ਵਿਰਾਸੇ ਨੂੰ ਕਿਵੇਂ ਦੂਜਿਆਂ ਤੱਕ ਪਹੁੰਚਾ ਰਹੇ ਨੇ ਆਓ ਥੋੜੀ ਨਜ਼ਰ ਮਾਰਦੇ ਹਾਂ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਇਹ ਸੀ ਸਾਡਾ ਉਹ ਵਿਰਾਸਤਿਕ ਖਜ਼ਾਨਾ ਜਿਹੜਾ ਅੱਜ ਅਲੋਪ ਹੁੰਦਾ ਜਾ ਰਿਹਾ ਹੈ ਮੁਬਾਰਕਬਾਦ ਧੰਨਵਾਦ ਸਾਡੇ ਅਤੇ ਸਤਿਕਾਰਯੋਗ ਸਰਦਾਰ ਹਰਦੀਪ ਸਿੰਘ ਜੀ ਦਾ ਧੰਨਵਾਦ ਇਹਨਾਂ ਦੇ ਬਜ਼ੁਰਗਾਂ ਦਾ ਜਿਨ੍ਹਾਂ ਨੇ ਇਸ ਵਿਰਾਸਾ ਨੂੰ ਸੰਭਾਲਿਆ ਆਪਣੀ ਆਉਣ ਵਾਲੀ ਪਨੀਰੀ ਦੇ ਸਾਹਮਣੇ ਰੱਖਿਆ ਤੇ ਸਾਡੇ ਹਰਦੀਪ ਸਿੰਘ ਜੀ ਇਸ ਵਿਰਾਸਾ ਨੂੰ ਆਪਣੇ ਬੱਚਿਆਂ ਤੱਕ ਲੈ ਕੇ ਜਾ ਰਹੇ ਨੇ ਹਰਦੀਪ ਸਿੰਘ ਤੁਹਾਡਾ ਬਹੁਤ ਬਹੁਤ ਧੰਨਵਾਦ ਤਰਿਕ ਮੈਂ ਬੇਨਤੀ ਜੁਰ ਕਰਾਂਗਾ ਜਾਂਦੇ ਹੋ ਸਾਡੇ ਸੰਗਤ ਵਾਸਤੇ ਨੌਜਵਾਨਾਂ ਵਾਸਤੇ ਕੁਝ ਸੁਨੇਹਾ ਸੁਨੇਹਾ ਮੇਰਾ ਇਹੋ ਹੀ ਆ ਜੀ ਦੇਖੋ ਆਪਣੀ ਵਿਰਾਸਤ ਨੂੰ ਸੰਭਾਲੋ ਠੀਕ ਹੈ ਜੋ ਤੁਹਾਨੂੰ ਅ ਗੁਰੂ ਸਾਹਿਬ ਵੱਲੋਂ ਜਿਹੜੀਆਂ ਦਿੱਤੀਆਂ ਗਈਆਂ ਵਾ ਬਖਸ਼ੀਆਂ ਉਹਨਾਂ ਨੂੰ ਸਾਹਮਣੇ ਰੱਖੋ ਤੇ ਅਖਰਕਾਰੀ ਦੇ ਵਿੱਚ ਮੈਂ ਤੇ ਆਪਣੇ ਵਿਸ਼ੇ ਨਾਲ ਸੰਬੰਧਿਤ ਕਹੂੰਗਾ ਕਿ ਹੱਥ ਨਾਲ ਜ਼ਰੂਰ ਲਿਖਣਾ ਚਾਹੀਦਾ ਵਾ ਭਾਵੇਂ ਯੁੱਗ ਕੰਪਿਊਟਰੀ ਕਰਨ ਦਾ ਆ ਗਿਆ ਵਾ ਪਰ ਹੱਥ ਨਾਲ ਜਿਹੜੀ ਲਿਖਾਈ ਆ ਉਹ ਜ਼ਰੂਰ ਕਰਨੀ ਚਾਹੀਦੀ ਆ ਤੁਹਾਡੀ ਆਪਣੀ ਸ਼ਖਸੀਅਤ ਨੂੰ ਸੁਧਾਰਦੀ ਆ ਕਿਆ ਬਾਤ ਹੈ ਸੱਚ ਮੁੱਚ ਕਿਸੇ ਵਿਦਵਾਨ ਦੇ ਬੋਲ ਨੇ ਆਪਣੇ ਘਰਾਂ ਵਿੱਚ ਪੰਜਾਬੀ ਵਾਲਾ ਊੜਾ ਸਾਹਮ ਲੋ ਤੇ ਤੁਸੀਂ ਗੁਰੂ ਗ੍ਰੰਥ ਸਾਹਿਬ ਪੜਨ ਜੋਗ ਹੋ ਜਾਓਗੇ ਬੱਚੇ ਗੁਰੂ ਗ੍ਰੰਥ ਸਾਹਿਬ ਪੜਨ ਜੋਗ ਹੋ ਜਾਣਗੇ ਸੋ ਗੁਰੂ ਕੀ ਪਿਆਰੀ ਸਾਧ ਸੰਗਤ ਜੀ ਐਸੀ ਸਾਡਾ ਅੱਜ ਵਿਰਾਸਤ ਦੇ ਉੱਪਰ ਖਾਸ ਪ੍ਰੋਗਰਾਮ ਸਿੱਖੀ ਦੀ ਛਾਂ ਸਾਡੇ ਅਤੀ ਸਤਕਾਜ ਸਦਾ ਹਰਦੀਪ ਸਿੰਘ ਜਿਨ੍ਹਾਂ ਨੇ ਆਪਣੇ ਦਿਲ ਦੇ ਬਲਵਲੇ ਸਾਂਝੇ ਕੀਤੇ ਨੇ ਆਪਣੇ ਬਜ਼ੁਰਗਾਂ ਦੀ ਜਿਹੜੀ ਦਾਤ ਹੈ ਉਹ ਸਾਡੇ ਨਾਲ ਸਾਂਝੀ ਕੀਤੀ ਹੈ ਇਹ ਕੇਵਲ ਦਾਤ ਇਹਨਾਂ ਬਜ਼ੁਰਗਾਂ ਦੀ ਨਹੀਂ ਸਗੋ ਸਾਡਾ ਵਿਰਾਸਤ ਹੀ ਖਜ਼ਾਨਾ ਹੈ ਸਾਡਾ ਪੂਰਾ ਇਸ ਤੇ ਅਧਿਕਾਰ ਹੈ ਕਿ ਅਸੀਂ ਇਸ ਵਿਰਾਸਤ ਨੂੰ ਆਪ ਅੰਗੀਕਾਰ ਕਰੀਏ ਅਤੇ ਪੂਰੇ ਸੰਸਾਰ ਦੇ ਸਾਹਮਣੇ ਦੱਸੀਏ ਕਿ ਸਾਡੀ ਵਿਰਾਸਤ ਕੀ ਹੈ ਸਾਡੀ ਅਖਰਕਾਰੀ ਕੀ ਹੈ ਤੇ ਸਾਡੀ ਗੁਰਬਾਣੀ ਦੇ ਅਖਰਾਂ ਦੀ ਬੰਤਰ ਕਿ ਹੋਜੀ ਹੈ ਸੋ ਆਪ ਸਮੂਹ ਸੰਗਤਾਂ ਦਾ ਵੀ ਧੰਨਵਾਦ ਦੇਵ ਸਿੰਘ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ